ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਨਿਊਜ਼ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਸ੍ਰੀ ਹਰਮੰਦਰ ਸਾਹਿਬ ਤੋਂ ਮੱਥਾ ਟੇਕਿਆ ਆ ਰਿਹਾ ਨਾਲ ਵਪਰੀਆ ਭਾਨਾ ਖਾਸਾ ਪੰਜ ਜੀਆਂ ਦੀ ਹੋਈ ਮੌਤ ਤਾਜ਼ਾ ਵੱਡੀ ਖਬਰ ਆਈ ਹੈ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਅੱਜ ਤੋਂ ਆ ਲਾਈਕ ਐਂਡ ਸ਼ੇਅਰ ਵੀ ਕਰ ਦੇਣਾ ਸ੍ਰੀ ਹਰਮੰਦਰ ਸਾਹਿਬ ਤੋਂ ਮੱਥਾ ਟੇਕਿਆ ਆ ਰਹੀ ਇੱਕ ਪਰਿਵਾਰ ਦੀ ਪੰਜ ਮੈਂਬਰਾਂ ਦੀ ਮੌਕੇ ਤੇ ਮੌਤ ਹੋ ਗਈ ਜਾਦ ਕੇ ਇਸ ਦਰਾਂ ਦੌਲਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਮੋਕੇ ਤੇ ਹਸਪਤਲ ਭੇਤੀ ਕਰਵਾਇਆ ਗਿਆ ਅਤੇ ਹਾਲਤ ਕਾਫੀ ਗੰਭੀਰ ਦਸਤੀ ਜਾ ਰਹੀ ਹੈ ਇਸ ਪੈਣਕ ਸੜਕ ਖਾਸ ਤੇ ਦੇ ਖਰਾਬ ਹਾਲਤ ਚ ਖੜੇ ਕੈਂਟਰ ਕਾਰਨ ਵਾਪਰਿਆ ਹੈ ਸੁਭਾਨਪੁਰ ਪੁਲਿਸ ਵੱਲੋਂ ਇਸ ਸੰਬੰਧੀ ਕੈਂਟਰ ਚਾਲਕ ਖਿਲਾਫ ਵਕ ਵਕਤ ਰਾਵਾਂ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਇਸ ਬਾਬਤ ਗੱਲਬਾਤ ਕਰਦੇ ਪੀੜਤ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਜੋ ਦੋ ਇਹ ਪਰਿਵਾਰ ਮੇਸਰ ਮੱਥਾ ਟੇਕਣ ਜਾ ਰਿਹਾ ਸੀ ਤਾਂ ਉਸ ਸਮੇਂ ਉਹ ਵੀ ਅੰਮ੍ਰਿਤਸਰ ਚੱਲੇ ਸਾਂ ਉਹਨਾਂ ਦਾ ਸੇਕ ਇਹ ਜਿੰਦਰ ਸਿੰਘ ਗੱਡੀ ਚਲਾ ਰਿਆ ਸੀ ਮੈਂ ਪਿੱਛੇ ਓਲ ਤੋ ਗੱਡੀ ਆ ਰਹੀ ਸੀ ਤੇ ਸਵੇਰ ਦੇ ਕਰੀਬ 6 ਵਜੇ ਕਾਰ ਹੈ ਹਮੀਰਾ ਜੀ ਦੀ ਰੇੜ ਦੇ ਪਹੁੰਚੀ ਤਾਂ ਅੱਗੇ ਕੈਂਟਰ ਸੜਕ ਤੇ ਖੜਾ ਹੋਇਆ ਸੀ ਸੜਕ ਦੇ ਘਰੇ ਕੈਂਟਰ ਕਾਂ ਜਿੰਦਰ ਸਿੰਘ ਨੇ ਆਪਣੀ ਕਾਰ ਥੋੜੀ ਖੱਬੀ ਨੂੰ ਮੋੜ ਲਈ ਤਾਂ ਅਗਿਓ ਕਾਰ ਉਕਤ ਕੈਂਟਰ ਵਿੱਚ ਜੋ ਨਾਲ ਟਕਰਾਏ ਜਿਸ ਦੇ ਚਲਦੇ ਮੌਕੇ ਤੇ ਰਾਹੀਗਰਾਂ ਦੀ ਮਦਦ ਨਾਲ ਉਹਨਾਂ ਨੂੰ ਸੇਵਾ ਹਸਪਤਾਲ ਕਰਤਾਰਪੁਰ ਵਿਖੇ ਭੇਜਿਆ ਗਿਆ ਜਿੱਥੇ ਪਰਿਵਾਰ ਦੇ ਪੰਜ ਮੈਂਬਰਾਂ ਦੀ ਮੌਤ ਕੀ ਜਦ ਕੀ ਦੋ ਜ਼ਖਮੀਆਂ ਗਿਨਨ ਨੂੰ ਗੰਭੀਰ ਹਾਲਤ ਚ ਦੇਖਦੇ ਹੋ ਜਲੰਧਰ ਦੇ ਸਿਵਲ ਹਸਪਤਾਲ ਤੇ ਰੈਫਰ ਕਰਵਾਇਆ ਗਿਆ ਹੈ ਖਬਰ ਵੰਤ ਤੱਕ ਦੇਖਣ ਲਈ ਤੁਹਾਡਾ ਬਹੁਤ